सुजानपुर पठानकोट के मध्य मार्ग पर स्थित रेलवे फाटक की समस्या जस की तस बनी हुई है। फाटक के ज़्यादातर बंद रहने पर जहां एक तरफ सुजानपुर वासी खासे परेशान हैं, वहीं माता करतारकोट चैरिटेबल ट्रस्ट के अध्यक्ष बाबा बलवीर सिंह, समाज सेवक नवीन शर्मा व अजय कुमार ने बताया है कि बीते लोकसभा चुनावों के समय पर राजनीतिक लोगों द्वारा इस समस्या के समाधान हेतु बड़े बड़े चुनावी वायदे किए गए थे, मगर चुनाव खत्म होते ही अभी तक इस समस्या का कोई हल निकला दिखाई नहीं देता। वहीं इस संबंध में ओवरब्रिज बनाओ संघर्ष समिति के अध्यक्ष सुरेंद्र मन्हास ने बताया है कि गत दिवस प्रदेश के कैबिनेट मंत्री विजय इंद्र सिंह सिंगला की केंद्रीय रेल मंत्री पीयूष गोयल के साथ हुई मुलाकात के दौरान सुजानपुर पठानकोट ओवरब्रिज की मांग को मंजूरी दे दी गई है और अब जल्द ही लोगों की इस समस्या को हल कर दिया जाएगा। हेलो मैं बलबीर सिंह सुजानपुर तो, असी लगभग रोज़ ही पठानकोट जाने। सुजानपुर तो पठानकोट में जड़ी सड़क जाती है, ये तो एक रेलवे क्रॉसिंग पैंदी है, वो रेलवे फाटक तकरीबन बंद ही रहिंदा। इहदी हल वास्ते जदों अपने इलैक्शन हुंदे ने उदों साणू लीडर बड़े वादे करके जांदे ने भी थोड़ा जी इहदे उपर ओवर क्रॉसिंग पा देंगे, कोई अंडर क्रॉसिंग पा देंगे, कोई ना कोई जी प्रपोजल बनावांगे असीं। उदों फिर धरने भी बड़े लगते ने राजनीतिक पार्टियां वालों ते होर भी संस्थावां हैगियां ने भी चलो साडा जी कोई हल कीता जावे। ਉਹ ਜਦੋਂ ਇਲੈਕਸ਼ਨ ਹੋ ਜਾਂਦੇ ਨੇ ਉਸ ਤੋਂ ਬਾਅਦ ਹੁਣ ਇੱਥੇ ਕੋਈ ਵੀ ਨਹੀਂ ਲੱਭ ਰਿਹਾ, ਨਾ ਤਾਂ ਕੋਈ ਰਾਜਨੇਤਾ ਲੱਭਦਾ ਅਤੇ ਨਾ ਹੀ ਕੋਈ ਹੋਰ ਸੰਸਥਾਵਾਂ ਨੇ ਕੋਈ ਧਰਨਾ ਦਿੱਤਾ ਅਤੇ ਬਣਿਆ ਵੀ ਕੁਛ ਨਹੀਂ। ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਇਹ ਵੀ ਇਹਦਾ ਜੀ ਬ੍ਰਿਜ ਬਣਾਇਆ ਜਾਵੇ, ਚਾਹੇ ਉਹ ਅੰਡਰਪਾਸ ਬਣਾ ਦਿਓ, ਚਾਹੇ ਉੱਪਰੋਂ ਬਣਾ ਦਿਓ, ਕਿਵੇਂ ਬਣਾ ਦਿਓ ਜੀ, ਸਾਨੂੰ ਬੜੀ ਵੱਡੀ ਸਮੱਸਿਆ ਇੱਥੋਂ ਦੇ ਲੋਕਾਂ ਨੂੰ, ਇਕੱਲੀ ਮੈਨੂੰ ਨਹੀਂ ਬਹੁਤ ਸਾਡੀ ਇੱਥੋਂ ਸੰਗਤ ਜੋ ਇੱਧਰੋਂ ਲੋਕ ਲੰਘਦੇ ਨੇ ਬੜੀ ਵੱਡੀ ਭਾਰੀ ਇੱਥੋਂ ਸੰਖਿਆ ਦੇ ਵਿੱਚ ਲੋਕ ਲੰਘਦੇ ਨੇ, ਸਾਰਿਆਂ ਨੂੰ ਮੁਸ਼ਕਿਲ ਹੈ ਇਹ। ਇਹ ਸਾਡੀ ਬੜੀ ਇੱਕ ਮੰਗ ਆ ਜੀ, ਰਿਕੁਐਸਟ ਆ ਸਾਡੀ ਪ੍ਰਸ਼ਾਸਨ ਅੱਗੇ ਪੇਦ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਜੀ। ਨਵੀਨ ਲਾਡੀ ਸੁਜਾਨਪੁਰ ਤੋਂ ਬੋਲ ਰਹੇ ਜੀ। ਸਾਡੇ ਸੁਜਾਨਪੁਰ ਜਿਹੜਾ ਫਾਟਕ ਆ ਸੁਜਾਨਪੁਰ ਪਠਾਨਕੋਟ ਰੋਡ 'ਤੇ ਰੋਜ਼ ਲੋਕਾਂ ਦਾ, ਹਜ਼ਾਰਾਂ ਲੋਕਾਂ ਦਾ ਅਪ ਡਾਊਨ ਹੁੰਦਾ ਇੱਥੇ, ਅਤੇ ਇਹਦੀ ਇੰਨੀ ਸਮੱਸਿਆ, ਕਦੀ ਕਹਿੰਦੇ ਫਲਾਈਓਵਰ ਬਣ ਜਾਏਗਾ, ਜਦੋਂ ਇਲੈਕਸ਼ਨ ਆਉਂਦੇ ਆ ਤਾਂ ਸਾਰੇ ਰਾਜਨੇਤਾ ਆ ਜਾਂਦੇ ਆ ਜੀ, ਇੱਥੇ ਫਲਾਈਓਵਰ ਬਣ ਜਾਏਗਾ ਕਿ ਅੰਡਰ ਬ੍ਰਿਜ ਬਣ ਜਾਏਗਾ, ਪਰ ਅੱਜ ਤੱਕ ਕੁਛ ਨਹੀਂ ਬਣਿਆ ਇੱਥੇ। ਜੋ ਜਾਂਦਾ ਵਾਅਦਾ ਇਹ ਕਰਕੇ ਨਿਕਲ ਜਾਂਦੇ ਆ, ਇਲੈਕਸ਼ਨਾਂ ਤੱਕ ਆਪਣਾ ਮਤਲਬ ਸਿੱਧਾ ਕਰਦੇ ਆ, ਨਿਕਲ ਜਾਂਦੇ ਆ। ਅੱਜ ਤੱਕ ਤੁਸੀਂ ਦੇਖ ਲਓ ਕਿੰਨੀ ਸਮੱਸਿਆ, ਇੰਨੀ ਗਰਮੀ ਦੇ ਵਿੱਚ ਬੱਚੇ ਕਿਲੋ ਕਿਲੋਮੀਟਰ ਲਾਈਨ ਦੇ ਵਿੱਚ ਖੜ੍ਹੇ ਨੇ, ਕਿੰਨੇ ਵੱਡੇ ਵੱਡੇ ਸਕੂਲ ਪੈਂਦੇ ਨੇ, ਪਰ ਅੱਜ ਤੱਕ ਕੋਈ ਇਹਨਾਂ ਨੂੰ ਹੋਸ਼ ਆਵਾਜ਼ ਨਹੀਂ। ਜਿੰਨੇ ਇਲੈਕਸ਼ਨ ਹੁਣ ਫਿਰ ਇਲੈਕਸ਼ਨ ਆਉਣ ਵਾਲੇ ਨੇ, ਇਹਨਾਂ ਫਿਰ ਇਕੱਠੇ ਹੋ ਕੇ ਤਾਂ ਆਪਣਾ ਉੱਲੂ ਸਿੱਧਾ ਕਰਨਾ ਅਤੇ ਫਿਰ ਨਿਕਲਦੇ ਵੱਜਣਾ ਇਹਨਾਂ ਨੇ। ਤਾਂ ਸਾਡੀ ਇਹੀ ਅਪੀਲ ਹੈਗੀ ਹੈ ਕਿ ਜਲਦ ਤੋਂ ਜਲਦ ਜੇ ਫਲਾਈਓਵਰ ਜਾਂ ਅੰਡਰ ਬ੍ਰਿਜ ਕੁਛ ਵੀ ਬਣਨਾ ਤਾਂ ਬਣਾਇਆ ਜਾਏ। ਮੈਂ ਸੁਜਾਨਪੁਰ ਵਾਸੀ ਰਹਿਣ ਵਾਲਾ ਹਾਂ। ਸੁਜਾਨਪੁਰ ਪਠਾਨਕੋਟ ਡੇਲੀ ਸਾਡਾ ਅਪ ਡਾਊਨ ਆਉਣਾ ਹੁੰਦਾ, ਆਉਣ ਜਾਣ ਹੋਣਾ ਹੁੰਦਾ, ਜਿਸ ਕਰਕੇ ਵੀ ਫਾਟਕ ਬੰਦ ਹੋਣ ਕਰਕੇ ਘੰਟਾ ਘੰਟਾ ਡੇਢ ਡੇਢ ਘੰਟਾ ਕੁ ਸਾਨੂੰ ਖੜ੍ਹੇ ਰਹਿਣਾ ਪੈਂਦਾ ਹੈਗਾ। ਇਸ ਕਰਕੇ ਜਦੋਂ ਵੀ ਇਲੈਕਸ਼ਨ ਆਉਂਦੇ ਆ ਤਾਂ ਕਹਿੰਦੇ ਆ ਵੀ ਫਲਾਈਓਵਰ ਦਾ ਕੰਮ ਜਲਦ ਤੋਂ ਜਲਦ ਹੋ ਜਾਏਗਾ। ਇਲੈਕਸ਼ਨ ਖਤਮ ਹੋ ਜਾਂਦੇ ਆ ਤਾਂ ਇਹਦੇ ਸਟੈਂਟ ਵੀ ਖਤਮ ਹੋ ਜਾਂਦੇ ਆ, ਵੀ ਛੇਤੀ ਤੋਂ ਛੇਤੀ ਫਲਾਈਓਵਰ ਦੀ ਸਮੱਸਿਆ ਹੱਲ ਕੀਤੀ ਜਾਏ ਅਤੇ ਸਕੂਲ ਦੇ ਆਉਣ ਜਾਣ ਬੱਚੇ ਆਉਣ ਜਾਣ ਵਾਲੇ ਬੱਚਿਆਂ ਨੂੰ ਰਾਹਤ ਮਿਲੇ। ਓਵਰਬ੍ਰਿਜ ਬਣਾਓ ਸੰਘਰਸ਼ ਸਮਿਤੀ ਦੇ ਅਧਿਅਕਸ਼ ਦੇ ਤੌਰ 'ਤੇ ਮੈਂ ਜੋ ਵੀ ਵਾਰਤਾਲਾਪ ਪ੍ਰੈਸ ਜ਼ਰੀਏ ਕਰ ਰਿਹਾ, ਸੁਜਾਨਪੁਰ ਦੀ ਜਨਤਾ ਨੂੰ ਬਹੁਤ ਜਲਦ ਜਿਹੜਾ ਓਵਰਬ੍ਰਿਜ ਦਾ ਤੋਹਫ਼ਾ ਜਿਹੜਾ ਮਿਲਣ ਜਾ ਰਿਹਾ। ਓਵਰਬ੍ਰਿਜ ਦੀ ਪੂਰੀ ਟੀਮ ਜਿਹੜੀ ਹੈ, ਜਿੰਨੀਆਂ ਵੀ ਸੰਸਥਾਵਾਂ ਨੇ ਜਾਂ ਜਿੰਨੇ ਵੀ ਉਹਦੇ ਪਦਾਧਿਕਾਰੀ ਨੇ, ਉਹਨਾਂ ਨੇ ਇੱਕ ਬੜੀ ਲੰਬੀ ਲੜਾਈ ਲੜੀ ਹੈ। ਉਸਦੇ ਦੌਰਾਨ ਜਿਹੜੇ ਮੈਂਬਰ ਆਫ ਪਾਰਲੀਮੈਂਟ ਦੇ ਚੁਣਾਵ ਆ ਗਏ ਨੇ, ਉਸ ਲਈ ਉਹ ਧਰਨਾ ਜਿਹੜਾ ਰੱਦ ਕਰ ਦਿੱਤਾ ਗਿਆ ਸੀਗਾ ਸਾਰੀਆਂ ਸੰਸਥਾਵਾਂ ਦੀ ਸਹਿਮਤੀ ਨਾਲ। ਲੇਕਿਨ ਅੱਜ ਵੀ ਜਿਹੜਾ ਪਿਛਲੇ ਦਿਨਾਂ ਟ੍ਰਿਬਿਊਨ ਅਖਬਾਰ ਦੇ ਵਿੱਚ ਨਿਊਜ਼ ਆਈ ਹੈ, ਜਿਹਦੀ ਕਟਿੰਗ ਮੇਰੇ ਕੋਲ ਪਈ ਹੈ, ਉਹਦੇ ਵਿੱਚ ਬੜਾ ਕਲੀਅਰ ਲਫ਼ਜ਼ਾਂ 'ਚ ਲਿਖਿਆ ਕਿ ਜਿਹੜਾ ਸੁਜਾਨਪੁਰ ਦਾ ROB ਹੈ ਜਿਹੜਾ ਉਹ ਪਾਸ ਹੋ ਗਿਆ। ਉਹਦੇ ਨਾਲ ਨਾਲ ਸੁਜਾਨਪੁਰ ਦੀ ਜਨਤਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੇ ਕਿ ਜਿੰਨੀਆਂ ਵੀ ਸੁਜਾਨਪੁਰ ਦੀਆਂ ਸੰਸਥਾਵਾਂ ਸੀਗੀਆਂ, ਉਹਨਾਂ ਨੇ ਸਾਰੀ ਇੱਕ ਲੰਬੀ ਲੜਾਈ ਲੜ ਕੇ ਇਹ ਜਿਹੜਾ ਓਵਰਬ੍ਰਿਜ ਦਾ ਜੰਗ ਜਿਹੜੀ ਜਿੱਤ ਲਈ ਹੈ। ਮੇਰੀ ਮੰਗ ਹੈ ਪੰਜਾਬ ਸਰਕਾਰ ਦੇ ਅੱਗੇ ਕਿ ਜਿਹੜੇ ਉਹਨਾਂ ਦੇ ਮੰਤਰੀ ਨੇ ਪੰਜਾਬ ਦੇ, ਉਹਨਾਂ ਨੇ ਵੀ ਇਹ ਸਟੇਟਮੈਂਟ ਦਿੱਤੀ ਆਪਣੀ ਕਿ ਜਿਹੜਾ ਸਾਡਾ 50% ਸ਼ੇਅਰ ਹੈ ਅਸੀਂ ਉਹ ਦੇਣ ਨੂੰ ਤਿਆਰ ਹਾਂ, ਜਿਹਦੀ ਕਾਪੀ ਮੈਂ ਇੱਕ ਮਿੰਟ 'ਚ ਤੁਹਾਡੇ ਸਾਹਮਣੇ ਕਰ ਰਿਹਾ।
ਇਹ ਜਿਹੜਾ ਸੈਂਟਰ ਨੋਡ 25 ਓਵਰਬ੍ਰਿਜ 14 RUV ਜਿਹੜੇ ਪਾਸ ਹੋਏ ਨੇ, ਪੰਜਾਬ ਦੇ ਮਿਨਿਸਟਰ ਜਿਹੜੇ ਨੇ ਉਹ ਮਿਲੇ ਨੇ ਪਿਊਸ਼ ਗੋਇਲ ਨੂੰ ਜੀ, ਵਿਜੇ ਇੰਦਰ ਸਿੰਗਲਾ ਜੀ ਮਿਲੇ ਨੇ, ਉਹਦੇ 'ਚ ਉਹਨਾਂ ਨੇ ਕਲੀਅਰ ਕੀਤਾ ਵੀ ਜਿਹੜਾ ਓਵਰਬ੍ਰਿਜ ਸੁਜਾਨਪੁਰ ਦਾ ਜਲਦੀ ਬਣੇਗਾ। ਸਿਰਫ ਥੋੜ੍ਹੇ ਦਿਨ ਦਾ ਇੰਤਜ਼ਾਰ ਹੈ। ਪੰਜਾਬ ਸਰਕਾਰ ਅੱਗੇ ਪੂਰੀ ਓਵਰਬ੍ਰਿਜ ਬਣਾਓ ਸੰਘਰਸ਼ ਸਮਿਤੀ ਦਾ ਇਹੋ ਹੀ ਅਪੀਲ ਹੈ, ਪ੍ਰਾਰਥਨਾ ਹੈ ਕਿ ਆਪਣਾ ਜਿਹੜਾ ਸ਼ੇਅਰ ਜਲਦ ਤੋਂ ਜਲਦ ਜਮ੍ਹਾਂ ਕਰਾਉਣ। ਜਿਹੜੇ ਸਕੂਲੀ ਬੱਚੇ ਗਰਮੀਆਂ ਦੇ ਦਿਨਾਂ ਦੇ ਵਿੱਚ ਧੁੱਪ 'ਚ ਸੜਦੇ ਨੇ, ਜਿਹੜੇ ਲੋਕ ਨੌਕਰੀ ਪੇਸ਼ੇ ਵਾਲੇ ਨੇ, ਜਿਹੜੀਆਂ ਸਾਡੀਆਂ ਭੈਣਾਂ ਬੱਚੀਆਂ ਪੜ੍ਹਨ ਜਾਂ ਨੌਕਰੀ 'ਤੇ ਜਾਂਦੀਆਂ, ਉਹਨਾਂ ਨੂੰ ਰਾਹਤ ਮਿਲ ਸਕੇ। ਹਮੇਸ਼ਾ ਹੀ ਪੰਜਾਬ ਸਰਕਾਰ ਔਰ ਕੇਂਦਰ ਸਰਕਾਰ ਨੇ ਜਿਨ ਸਾਡੀ ਇਹ ਮੰਗ ਮੰਨ ਕੇ ਪੁੱਲ ਪਾਸ ਕੀਤਾ, ਪਿਊਸ਼ ਗੋਇਲ ਜੀ ਮਾਨਣੀ ਹੈ ਕੇਂਦਰੀ ਮੰਤਰੀ, ਔਰ ਇਹਦੇ ਵਿੱਚ ਸਾਨੂੰ ਜਿਹੜਾ ਕੇਂਦਰ ਵੱਲੋਂ ਸ਼੍ਰੀਮਤੀ ਕਵਿਤਾ ਖੰਨਾ ਜੀ, ਸ਼੍ਰੀ ਸਵਰਨ ਸਲਾਰੀਆ ਜੀ ਨੇ ਵੀ ਬਹੁਤ ਜ਼ਿਆਦਾ ਸਹਿਯੋਗ ਦਿੱਤਾ। ਉਹਦੇ ਨਾਲ ਨਾਲ ਸੰਨੀ ਦਿਓਲ ਜੀ ਨੂੰ ਵੀ ਆਪਾਂ ਮਿਲੇ ਹਾਂ, ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਕਿ ਜਿਹੜਾ ਇਹ ਜਲਦ ਹੋਏਗਾ, ਔਰ ਉਹ ਪੇਪਰ 'ਚ ਦੇਖਣ ਨੂੰ ਮਿਲਿਆ। ਅਸੀਂ ਇਹੋ ਹੀ ਆਸ ਨਾਲ ਜੈ ਹਿੰਦ ਜੈ ਭਾਰਤ ਕਿ ਜਲਦ ਤੋਂ ਜਲਦ ਜਿਹੜਾ ਪੁੱਲ ਬਣੇ। ਜੈ